ਦੀਆਂ ਮੇਨ ਰਸਮਾਂ ਸੀਗੀਆਂ, ਕਿਉਂਕਿ ਮਾਤਾ ਚਰਨ ਕੌਰ ਸਾਡੇ ਮਾਂ ਹੀ ਨਹੀਂ, ਉਹ ਸਾਡੀ ਧੀ ਵੀ ਹੈ, ਸਾਡੇ ਪਿੰਡ ਦੀ ਬੱਚੀ ਵੀ ਹੈ। ਸੁੱਖਾਂ ਸੁੱਖਦਿਆਂ ਨੂੰ ਇਹ ਦਿਨ ਆਇਆ ਸੀ, ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ। ਅਸੀਂ ਸਾਡੇ ਵੀਰੇ ਨੂੰ ਸੁਖਦੀਪ ਨੂੰ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ, ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣੀਆਂ ਨੇ। ਬਿਲਕੁਲ, ਅਸੀਂ ਹੁਣ ਬਾਪੂ ਜੀ ਹੋਰਿਆਂ ਦੀ ਲੋਕ ਗੀਤ ਵਰਗੀ ਲੰਬੀ ਉਮਰ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਸੁਖਦੀਪ ਦੇ ਪੋਤਿਆਂ ਨੂੰ ਖੜਿਆਉਂਦੇ ਅਸੀਂ ਦੇਖੀਏ। ਸਾਡਾ ਅਗਲਾ ਸੁਪਨਾ ਇਹ ਆ, ਉਸ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ। ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ, ਬਾਪੂ ਜੀ ਇਹ ਧੀਆਂ ਇਹਨੇ ਦੀਆਂ ਦੁਆਵਾਂ ਕਦੇ ਖਾਲੀ ਨੀ ਜਾਂਦੀਆਂ। ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੁਖਦਾ ਵੱਡੇ ਸੀ, ਸੁੱਚੇ ਮੋਤੀ ਭੇਂਟ ਕਰੇ ਸੀ। ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ, ਸ਼ਾਇਦ ਸਿਆਣੇ ਸਮਝਦੇ ਨੇ, ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ, ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ। ਅਸੀਂ ਤਾਂ ਸੁੱਚੇ ਮੋਤੀ ਝੋਲੀ ਉਹਦੀ ਪਾਤੇ ਸੀ, ਸਾਨੂੰ ਤਾਂ 11 ਜੂਨ ਨੂੰ ਹੀ ਪਤਾ ਲੱਗ ਗਿਆ ਸੀ ਸਾਡਾ ਸੁਰ ਕਿਤੇ ਨੀ ਗਿਆ, ਸਾਡੇ ਕੋਲ ਹੀ ਹੈ। ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ, ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿੱਚ ਅਰਦਾਸਾਂ ਕਰ ਕਰਕੇ ਸਾਡਾ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ। ਅਸੀਂ ਉਹ ਬਾਗ ਭੇਂਟ ਕਰਕੇ ਇੱਕ ਗੱਲ ਕਹੀ ਸੀ, ਅਸੀਂ ਮੀਡੀਆ ਨੂੰ ਦੱਸ ਰਹੇ ਹਾਂ, ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਦੋਂ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਵੱਜੂਗੀ। ਕਿਸੇ ਨੇ ਕਲਪਨਾ ਵੀ ਨਹੀਂ ਕਰੀ ਸੀ ਇਸ ਗੱਲ ਦੀ, ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਬਾਬਾ ਸ੍ਰੀ ਚੰਦ ਜੀ ਨੇ ਪਤਾ ਨਹੀਂ ਕਿਵੇਂ ਸਾਡੀ ਤੋਂ ਇਹ ਗੱਲਾਂ ਪਹਿਲੀ ਕਹਾਤੀਆਂ ਸੀ। ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸੁਰੱਖਿਆ ਕਰਮੀ ਨੇ, ਜਿੰਨੇ ਵੀ ਉਹਨਾਂ ਦੇ ਸੁਰੱਖਿਅਤ, ਉਹਨਾਂ ਨੂੰ ਸਾਰਿਆਂ ਨੂੰ ਵੀ ਅਸੀਂ ਸਨਮਾਨ ਦਿੱਤਾ। ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ, ਕਿਉਂਕਿ ਇਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ, ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ। ਖਾਸ ਕਰਕੇ ਸਾਡੇ ਵਿੱਚ ਸੁਖਪਾਲ ਨੰਬਰਦਾਰ ਸਾਹਿਬ, ਉਹਨਾਂ ਦੇ ਵੀ ਪਰਿਵਾਰ ਦਾ ਅਸੀਂ ਸਨਮਾਨ ਕਰਿਆ। ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਣ ਮਹਿਸੂਸ ਕਰਦੇ ਹਾਂ। ਸੋ ਮੈਂ ਕਹਿੰਦਾ ਆਪਾਂ ਬਾਅਦ ਦੇ ਵਿੱਚ ਫਿਰ ਗੱਲਾਂ ਕਰਾਂਗੇ। ਉਧਰ ਅਰਦਾਸ ਹੋਣੀ ਹੈ, ਕੀਰਤਨ ਦੀਵਾਨ ਚੱਲ ਰਹੇ ਨੇ, ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਦੇ ਉੱਤੋਂ ਸਪੈਸ਼ਲ ਜਥਾ ਆਇਆ, ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ, ਹੁਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ ਚ ਜਾਵਾਂਗੇ, ਉੱਥੇ ਬਾਬਾ ਜੀ ਦਾ ਜਿਹੜਾ ਆਸ਼ੀਰਵਾਦ ਲੈਣਾ। ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁਖਾਸਨ, ਬਾਬਾ ਜੀ ਚਲੇ ਗਏ, ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ, ਅਸੀਂ ਇਸ ਬਰੋਤੇ ਥੱਲੇ ਲੱਡੂ ਵੱਟ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ। ਮੈਂ ਕਹਾਂਗਾ ਵੀ ਬਾਪੂ ਜੀ ਥੋੜੀ ਜਿਹੀ ਥੋੜਾ ਰੁਕਣਾ ਪੈਣਾ ਤੁਹਾਨੂੰ, ਸਾਡੀਆਂ ਬੱਚੀਆਂ ਨੇ ਉਹ ਲਾਸਟ ਰਸਮ ਆ ਸਾਡੀ ਜਿਹੜੀ ਘੋੜੀਆਂ ਗਾਉਣੀਆਂ ਨੇ, ਉਹ ਬੱਚੀਆਂ ਨੇ ਲੱਡੂ ਵੱਟਣੇ, ਤੁਹਾਡੇ ਚਿਹਰੇ ਤੇ ਖੁਸ਼ੀ ਆ ਜਿਹੜੀ। ਉਸ ਬਰੋਤੇ ਥੱਲੇ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ, ਜਿਹਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇੱਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ, ਤੇ ਬਾਕੀ ਵਿਚਾਰਾਂ ਆਪਾਂ ਉੱਥੇ ਹੀ ਕਰਾਂਗੇ ਆਪਾਂ ਸਾਰੇ ਹੁਣ ਆਦਰ ਸਤਿਕਾਰ ਦੇ ਨਾਲ। ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਧੂ ਵੀਰੇ ਦੀ ਦੂਜੀ ਮਾਂ, ਟਿੱਪਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ। ਸੋ ਅੱਜ ਇੱਕ ਮਾਂ ਦੀਆਂ, ਮਾਤਾ ਚਰਨ ਕੌਰ ਦੇ ਸਾਰੇ ਜਾਣਦੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ, ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲਦ। ਸੋ ਅੱਜ ਦੂਸਰੀ ਮਾਂ ਨੇ ਆਪਣੇ ਫਰਜ਼ ਨਿਭਾਏ ਨੇ, ਰਾਜ ਧਾਲੀਵਾਲ, ਦਵਿੰਦਰ ਧਾਲੀਵਾਲ, ਹਰਿੰਦਰ ਮੰਦਲ ਜੀ, ਸਾਰੇ ਹੀ ਸਾਡੇ ਜੋ ਆਏ ਮਹਿਮਾਨ ਨੇ ਸਾਡੇ। ਹੁਣ ਆਪਾਂ ਬੜੇ ਸਤਿਕਾਰ ਨਾਲ ਪੰਡਾਲ ਚ ਜਾਵਾਂਗੇ, ਉਸ ਤੋਂ ਬਾਅਦ ਆਪਾਂ ਅਗਲੀ ਕਾਰਵਾਈ ਕਰਾਂਗੇ। ਸੋ ਸਾਰਿਆਂ ਨੂੰ ਬੀਤ ਕੇ ਸਾਰੀਆਂ ਬੱਚਿਆਂ ਨੂੰ ਹਾਊਲ ਕਰ ਸੋ ਬੇਨਤੀ ਆ ਵੀ ਇਹ ਵਾਲਿਆਂ ਨੂੰ ਆਪਾਂ ਮਹਾਰਾਜ ਜੀ ਹਜ਼ੂਰ ਦੇ ਵਿੱਚ ਢੋਲ ਦੀ ਵੀ ਆਉਣਾ, ਉੱਥੇ ਵੱਡੀ ਆਦਰ ਸਤਿਕਾਰ ਦੇ ਨਾਲ ਜਾਣਾ ਆਪਾਂ ਸਾਰਿਆਂ ਨੇ, ਬੈਂਡ ਵੀ ਵੱਜਣਾ।
ਆਪਾਂ ਬੜੇ ਨੀਵੇਂ ਹੋ ਕੇ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਪੂ ਜੀ ਨੂੰ ਲੈ ਕੇ ਆਪਾਂ ਉੱਥੇ ਚੱਲਦੇ ਪੈਣ।